ਤੇ ਜੀ ਸਾਡਾ ਵੀਰ ਸਿਮਰਨਜੀਤ ਸਿੰਘ ਜੋ ਕਿ ਪਿਛਲੇ 7 ਸਾਲਾਂ ਤੋਂ ਦੁਬਈ ਦੇ ਵਿੱਚ ਸੀਗਾ ਸਾਡੇ ਨਾਲ ਅਸੀਂ ਮੈਂ ਤੇ ਵੀਰ ਜੀ ਅਸੀਂ ਉਹਨਾਂ ਨੂੰ ਲੈ ਕੇ ਗਏ ਹਾਂ ਇੱਥੋਂ 2015 'ਚ ਉਸਦਾ ਵੀਜ਼ਾ ਨਿਕਲਵਾਇਆ ਸੀ ਅਤੇ ਉਹਦਾ ਲਾਇਸੈਂਸ ਬਣਵਾ ਕੇ ਗੱਡੀ 'ਤੇ ਚੜਵਾਇਆ 7 ਸਾਲ ਤੁਹਾਡਾ ਵੀਰ ਡਰਾਈਵਿੰਗ ਕਰ ਰਿਹਾ ਸੀ ਬੜੀ ਸੋਹਣੀ ਕੰਮ ਕਰਦਾ ਸੀ ਪਰਿਵਾਰ ਨੂੰ ਪਿੱਛੇ ਪੈਸੇ ਭੇਜਦਾ ਸੀ ਹਰ ਚੀਜ਼ ਬਹੁਤ ਵਧੀਆ ਸੀ ਕੰਪਨੀ ਵੀ ਸਾਡੀ ਬਹੁਤ ਚੰਗੀ ਆ ਅਤੇ ਇਹ ਕੁਦਰਤ ਦਾ ਹੀ ਕਹਿ ਰਿਹਾ ਕੋਈ ਵੀ ਅਚਾਨਕ ਹਾਦਸੇ 'ਚ ਉਹਦੀ ਮੌਤ ਹੋ ਜਾਂਦੀ ਹੈ ਇਹ 14 ਤਰੀਕ ਨੂੰ ਸੁਬਹਾ 1:45 ਵਿਸਾਖੀ ਵਾਲੇ ਦਿਨ ਇਹ ਹਾਦਸਾ ਹੋਇਆ ਵਾ ਅਤੇ ਖੜ੍ਹੀ ਗੱਡੀ ਅੱਗੇ ਬ੍ਰੇਕ ਪੈ ਗਈ ਆ ਅਤੇ ਇਹਦੀ ਗੱਡੀ ਉਹਦੇ ਵਿੱਚ ਜਾ ਵੱਜੀ ਆ ਅਤੇ ਕੁਦਰਤੀ ਘਟਨਾ ਵਾਪਰ ਕੇ ਅਤੇ ਹਾਦਸਾ ਹੋ ਗਿਆ ਵਾ ਅਤੇ ਕੰਪਨੀ ਦਾ ਕਿੰਨਾ ਸੀ ਹੋ ਰਿਹਾ ਕੰਪਨੀ ਸਾਡੀ ਕੰਪਨੀ ECC ਐਮਰਸ ਕੰਟਰੈਕਟਿੰਗ ਕੰਪਨੀ ਆ ਜਿਸਦਾ ਰਵਾਬ ਸ਼ਿਵਾ ਜੀ ਪਗਰਾਨੀ ਅਤੇ ਸਾਡਾ PRO ਇਕਬਾਲ ਜੀ ਸਾਡੇ ਮੈਨੇਜਰ ਹੈ ਰਵੀ ਵਿਸ਼ਨਾਨੀ ਅਤੇ ਉਹਨਾਂ ਸਾਹਿਬ ਦਾ ਬਹੁਤ ਸਹਿਯੋਗ ਸੀਗਾ ਜਿਨ੍ਹਾਂ ਨੇ ਇਹ ਬੋਡੀ ਨੂੰ 10 ਦਿਨਾਂ ਦੇ ਵਿੱਚ ਰਿਕਵਰ ਕਰਕੇ ਕਿਉਂਕਿ ਬੋਡੀ ਦੀ ਹਾਲਤ ਕਾਫੀ ਖਰਾਬ ਹੋਈ ਐਕਸੀਡੈਂਟ ਕਾਫੀ ਜ਼ੋਰ ਦਾ ਸੀ ਅਤੇ ਫਿਰ ਵੀ ਉਹਨਾਂ ਨੇ ਬੜਾ ਸਹਿਯੋਗ ਕਰਕੇ ਕਿਉਂਕਿ ਰੋਜੇ ਵੀ ਚੱਲ ਰਹੇ ਆ ਈਦ ਆ ਰਹੀ ਆ ਤੋ ਕੰਮ ਥੋੜ੍ਹਾ ਸਲੋ ਆ ਬੰਦ ਹੁੰਦਾ ਵਾ ਦੁਬਈ 'ਚ ਅਤੇ ਫਿਰ ਵੀ ਉਹਨਾਂ ਨੇ ਬੜਾ ਜ਼ੋਰ ਪਾ ਕੇ ਗੌਰਮੈਂਟ ਨੂੰ ਕਹਿ ਕੇ ਦੁਬਈ ਸ਼ਾਰਜਾ ਪੁਲਿਸ ਨੂੰ ਕਹਿ ਕੇ ਅਤੇ ਸਾਡੀ ਬੋਡੀ ਸਾਡੇ ਨਾਲ 10 ਦਿਨਾਂ ਦੇ ਵਿੱਚ ਪਹੁੰਚਾਈ ਆ ਸ਼ਨੀ ਐਤਵਾਰ ਦੀ ਛੁੱਟੀ ਹੋਣ ਦੇ ਬਾਵਜੂਦ ਸ਼ੁੱਕਰ ਸ਼ਨੀ ਦੀ ਫਿਰ ਵੀ ਉਹਨਾਂ ਗੌਰਮੈਂਟ ਦੇ ਕੁਝ ਇੰਪਲਾਈਆਂ ਨੂੰ ਰੋਕ ਕੇ ਇਹ ਕੰਮ ਕਰਵਾਇਆ ਅਤੇ ਸਾਡੀ ਬੋਡੀ ਸਾਡੇ ਵੀਰ ਦੀ ਅਸੀਂ ਘਰ ਲੈ ਕੇ ਆਏ ਹਾਂ ਹਾਂਜੀ ਕੰਪਨੀ ਇਹਦਾ ਪੂਰਾ ਹਿਸਾਬ ਕਿਤਾਬ ਜਿਹੜਾ ਉਹ ਕਰ ਰਹੀ ਆ ਅਤੇ ਪਿੱਛੇ ਡਾਕੂਮੈਂਟ ਬਣ ਰਹੇ ਆ ਅਤੇ ਉਹ ਪੂਰਾ ਹਿਸਾਬ ਦੇਵੇਗੀ ਇੱਕ ਇੱਕ ਰੁਪਈਆ ਦੇਵੇਗੀ ਕੰਪਨੀ ਅਤੇ ਉਹ ਇੰਸ਼ੋਰੈਂਸ ਦੀ ਵੀ ਗੱਲ ਚੱਲ ਰਹੀ ਆ ਕਿ ਇੰਸ਼ੋਰੈਂਸ ਵੀ ਅਸੀਂ ਇਹਦੀ ਪੂਰੀ ਕਰਾਂਗੇ ਪੈਰਵਾਈ ਕਰਾਂਗੇ ਉਸ ਚੀਜ਼ ਦੀ ਕਿ ਇਹਦੇ ਪਰਿਵਾਰ ਨੂੰ ਪਿੱਛੇ ਪੈਸਾ ਭੇਜਿਆ ਜਾਵੇ ਇੰਸ਼ੋਰੈਂਸ ਦਾ ਜੋ ਦੁਬਈ ਗੌਰਮੈਂਟ ਇਹਦਾ ਇੰਸ਼ੋਰੈਂਸ ਦਾ ਦੇਵੇਗੀ ਅਤੇ ਸਾਨੂੰ ਸਾਡੀ ਪੂਰੀ ਇੱਛਾ ਵੀ ਸਾਡੀ ਕੰਪਨੀ ਸਾਨੂੰ ਇੰਸ਼ੋਰੈਂਸ ਦਵਾਏਗੀ ਜ਼ਰੂਰ ਅਤੇ ਉਹ ਪਰਿਵਾਰ ਨੂੰ ਸਾਰਾ ਪੈਸਾ ਆਵੇਗਾ ਜੋ ਇਹ ਦੋ ਭਰਾ ਨੇ ਵੱਡਾ ਭਰਾ ਵੀ ਬਹਿਰੀਨ 'ਚ ਆ ਇਹ ਛੋਟਾ ਹੈ ਸਿਮਰਜੀਤ ਸਿੰਘ ਅਤੇ ਵੱਡੇ ਦੇ ਦੋ ਬੇਟੇ ਨੇ ਅਤੇ ਇਹ ਕੁਵਾਰਾ ਸੀਗਾ ਛੋਟਾ ਹਾਂਜੀ ਸਾਡੇ ਜੀ ਵੀਰ ਗੁਰਨਾਮ ਸਿੰਘ ਦਾ ਬੇਟਾ ਸੀਗਾ ਸਿਮਰਜੀਤ ਸਿੰਘ ਜੋ 7 ਸਾਲ ਤੋਂ ਦੁਬਈ ਦੇ ਵਿੱਚ ਡਰਾਈਵਰੀ ਦਾ ਕੰਮ ਕਰਦਾ ਸੀ ਅਤੇ 14 ਤਰੀਕ ਨੂੰ ਸਾਨੂੰ ਟੈਲੀਫੋਨ ਆਇਆ ਰਾਤ ਕਿ ਅਚਾਨਕ ਜਿਹੜੀ ਉਹਦੀ ਡੈਥ ਹੋ ਗਈ ਆ ਐਕਸੀਡੈਂਟ ਦੇ ਵਿੱਚ ਅਤੇ ਸਾਡੇ ਹੋਰ ਵੀ ਭਤੀਜੇ ਉੱਥੇ ਜਿਹੜੇ ਉਹ ਦੁਬਈ 'ਚ ਰਹਿੰਦੇ ਆ ਫਿਰ ਉਹਨਾਂ ਨਾਲ ਜਦੋਂ ਕੰਟੈਕਟ ਕੰਟੂਟ ਉਹਨਾਂ ਨਾਲ ਆਪਾਂ ਕਰਦੇ ਰਹੇ ਹਾਂ ਅਤੇ ਉਹਨਾਂ ਨੇ ਦੱਸਿਆ ਵੀ ਕੰਪਨੀ ਸਾਡਾ ਪੂਰਾ ਸਹਿਯੋਗ ਜਿਹੜੀ ਉਹ ਕਰ ਰਹੀ ਆ ਅਤੇ ਜਲਦੀ ਤੋਂ ਜਲਦੀ ਅਸੀਂ ਬਾਡੀ ਲੈ ਕੇ ਆਉਂਦੇ ਹਾਂ ਅਤੇ ਅੱਜ ਜਿਹੜਾ ਵਾ ਉਹ ਸਾਨੂੰ ਜਿਹੜੀ ਬਾਡੀ ਪਿੰਡ ਪਹੁੰਚੀ ਆ ਅਤੇ ਪਿੰਡ ਦੇ ਵਿੱਚ ਬਹੁਤ ਸੋਗ ਜਿਹੜਾ ਵਾ 10-12 ਦਿਨ ਤੋਂ ਸਾਇਆ ਸੀ ਅਤੇ ਅੱਜ ਸਾਰੇ ਮਨਾ ਰਹੇ ਹਾਂ ਅਤੇ ਸੰਸਕਾਰ ਜਿਹੜਾ ਉਹਦਾ ਕੀਤਾ ਵਾ ਅਤੇ ਪਰਮਾਤਮਾ ਦਾ ਭਾਣਾ ਸੀ ਵਰਤ ਗਿਆ ਸਾਡੇ ਵੀਰ ਨਾਲ ਜਵਾਨ ਤਾਂ ਫਿਰ ਇਵੇਂ ਜੀ ਕੀ ਕੀਤਾ ਜਾ ਸਕਦਾ ਹੁਣ ਪਰਮਾਤਮਾ ਦੀ ਖੇਡ ਆ ਇਹਦੇ ਨਾਲ ਅਸੀਂ ਕੀ ਕਰ ਸਕਦੇ ਹਾਂ ਦੋ ਬ੍ਰਦਰ ਨੇ ਦੂਜਾ ਬ੍ਰਦਰ ਵੀ ਉੱਥੇ ਬਹਿਰੀਨ ਰਹਿੰਦਾ ਸੀ ਉਹ ਛੁੱਟੀ ਆਇਆ ਸੀ ਇਹਨੇ ਛੁੱਟੀ ਆਉਣਾ ਸੀ ਸਿਆਲ ਦੇ ਵਿੱਚ ਐਤਕੀ ਅਤੇ ਪਿਤਾ ਜੀ ਨੇ ਉਹਦੇ ਚਾਚਾ ਵਗੈਰਾ ਸਾਰੇ ਬਾਕੀ ਪਰਿਵਾਰ ਸਾਰਾ ਪਿੰਡ ਹੀ ਆ